ਅਸਲਾਮੁਅਲੈਕੁਮ ਜੀ, ਸਾਰੇ ਭਰਾਵਾਂ ਨੂੰ ਮੇਰੀ ਤਰਫੋਂ ਸਲਾਮ ਹੋਵੇ। ਅੱਲਾ ਪਾਕ ਤੁਹਾਡੇ ਘਰਾਂ ਦੇ ਉੱਤੇ, ਤੁਹਾਡੇ ਬੱਚਿਆਂ ਦੇ ਉੱਤੇ ਅੱਲਾ ਪਾਕ ਸਲਾਮਤੀ ਕਰੇ। ਅਤੇ ਜਿਹੜੇ ਮੇਰੇ ਵੀਰ ਪੰਜਾਬ ਦੇ ਵਿੱਚ ਰਹਿਣ ਵਾਲੇ ਨੇ, ਬਾਹਰ ਰਹਿਣ ਵਾਲੇ ਨੇ, ਅਤੇ ਜਿੱਥੇ ਜਿੱਥੇ ਵੀ ਕੋਈ ਰਹਿਣ ਵਾਲਾ ਹੈ, ਅੱਲਾ ਪਾਕ ਉਹਦੇ ਉੱਤੇ ਆਪਣੇ ਨਬੀ ਪਾਕ ਦੇ ਸਦਕੇ ਕਰਕੇ ਜਨਾਬ ਰਹਿਮਤ ਕਰੇ। ਅਤੇ ਜਨਾਬ, ਮੈਂ ਵੀਡੀਓ ਤਾਂਦਰਾ ਮੰਡੀ ਦੇ ਵਿੱਚ ਬਣਾਈ ਸੀ, ਅਤੇ ਕੁਛ ਦੋਸਤ ਜਿਹੜੇ ਨੇ ਉਹ ਕਹਿੰਦੇ ਸੀ ਕਿ ਜੀ ਤੁਸੀਂ ਗੱਲਾਂ ਬਾਤਾਂ ਨਾ ਕਰਿਆ ਕਰੋ ਜ਼ਿਆਦਾ, ਅਤੇ ਜਿਹੜੀਆਂ ਨਾ ਬਲਕਿ ਗੱਲਾਂ ਨਾ ਕਰਿਆ ਕਰੋ, ਤੁਸੀਂ ਫੋਕਸ ਘੋੜਿਆਂ ਦੇ ਉੱਤੇ ਕਰਿਆ ਕਰੋ। ਅਤੇ ਜਨਾਬ, ਅਗਰ ਤੁਸੀਂ ਸਾਰੇ ਜਣੇ ਮੁਤਫਿਕਾ ਇਹ ਗੱਲ ਕਰਦੇ ਜੇ ਕਿ ਬਾਬਾ ਨਾ ਗੱਲ ਕਰਿਆ ਕਰ, ਅਤੇ ਮੈਂ ਜਨਾਬ ਗੱਲ ਬਸ ਇਹ ਹੈਗੀ ਹੈ ਕਿ ਮੈਂ ਕੀ ਕਹਿ ਸਕਦਾ, ਮਗਰ ਤੁਸੀਂ ਮੈਨੂੰ ਦੱਸੋ ਤੁਸੀਂ ਸਾਰੇ ਜਣੇ ਕਿ ਮੈਂ ਅਸੀਂ ਜੀ ਸਿਰਫ ਘੋੜੇ ਹੀ ਵੇਖਣਾ ਚਾਹੁੰਦੇ, ਤੁਹਾਡੀ ਗੱਲਬਾਤ ਸਾਨੂੰ ਤੁਸੀਂ ਨਾ ਸੁਣਾਓ ਅਤੇ ਕੀਮਤਾਂ ਵਗੈਰਾ ਦੱਸੋ ਅਤੇ ਆਪਣੀ ਡਿਊਟੀ ਪੂਰੀ ਕਰੋ ਅਤੇ ਤੁਸੀਂ ਆਪਣਾ ਕੰਮ ਕਰੋ। ਅਤੇ ਚਲੋ, ਮੈਂ ਜਨਾਬ ਫਿਰ ਸੋਚਣਾ ਕਿ ਮੈਂ ਤੁਹਾਨੂੰ ਫਿਰ ਨਹੀਂ ਸੁਣਾਉਂਦਾ। ਕਈ ਤਾਂ ਮੇਰੇ ਦੋਸਤ ਨੇ ਕਿਹਾ ਕਿਹਾ ਜੀ ਤੁਸੀਂ ਬਾਬਾ ਜੀ ਫਿਰ ਚੈਨਲ ਹੀ ਹੋਰ ਬਣਾ ਲਓ ਜਿਹਦੇ ਵਿੱਚ ਤੁਸੀਂ ਇਹ ਗੱਲਾਂ ਬਾਤਾਂ ਇਹ ਕਰਿਆ ਕਰੋ। ਅਤੇ ਜਨਾਬ, ਇਸ ਤੋਂ ਪਹਿਲੇ ਇੱਕ ਹਦੀਸੇ ਮੁਬਾਰਕਾਂ ਮੇਰੀ ਕੋਲੋਂ ਜ਼ਰੂਰ ਤੁਸੀਂ ਸੁਣ ਲਵੋ, ਅਤੇ ਫਿਰ ਵੀਡੀਓ ਵੀ ਤੁਹਾਨੂੰ ਮੈਂ ਦੱਸਣਾ ਮੈਂ ਕਿਉਂ ਬਣਾਈਏ। ਹਦੀਸੇ ਮੁਬਾਰਕ ਹੈ ਕਿ ਸਾਡੇ ਨਬੀ ਪਾਕ ਹਜ਼ੂਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਅਗਰ ਕੋਈ ਤੁਹਾਨੂੰ ਦੁਆ ਦੇਵੇ ਅਤੇ ਜਿਹੜੇ ਅਲਫਾਜ਼ ਅਗਰ ਉਹਨਾਂ ਅਲਫਾਜ਼ਾਂ ਨੂੰ ਤੁਸੀਂ ਅੱਛੇ ਅਲਫਾਜ਼ ਨਾ ਦੇ ਸਕੋ, ਵਾਪਸ ਨਾ ਕਰ ਸਕੋ, ਤਾਂ ਕਮ ਸੇ ਕਮ ਉਹੋ ਹੀ ਅਲਫਾਜ਼ ਜਿਹੜੇ ਨੇ ਤੁਸੀਂ ਅਦਾ ਕਰ ਦਿਓ ਵਾਪਸੀ। ਅਤੇ ਜਨਾਬ, ਦੁਆ ਦੀ ਅਹਿਮੀਅਤ ਜਿਹੜੀ ਹੈ ਉਹ ਬਹੁਤ ਹੈ। ਮੈਂ ਤੁਹਾਨੂੰ ਜਾਨਵਰ ਵੀ ਤਾਂ ਜਨਾਬ ਬਿਠਾਉਂਦਾ ਰਹਿੰਦਾ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਦਾ ਰਹਿੰਦਾ ਜਨਾਬ, ਕੁਛ ਸਿਲਾ ਤਾਂ ਨਹੀਂ ਮੈਂ ਤੁਹਾਡੇ ਕੋਲੋਂ ਮੰਗਦਾ। ਮੈਂ ਤਾਂ ਸਿਰਫ ਇੱਕ ਅੱਛੀ ਗੱਲ ਕਰਨਾ ਤੁਹਾਡੇ ਵਾਸਤੇ, ਦੁਆ ਹੀ ਕਰਨਾ। ਅਤੇ ਜਨਾਬ, ਜੇਕਰ ਤੁਸੀਂ ਫਿਰ ਵੀ ਕਹਿੰਦੇ ਜੇ ਕਿ ਤੁਸੀਂ ਬਾਬਾ ਜੀ ਦੁਆ ਨਾ ਕਰਿਆ ਕਰੋ ਜਾਂ ਕੋਈ ਗੱਲਬਾਤ ਨਾ ਕਰਿਆ ਕਰੋ, ਸਾਨੂੰ ਸਿਰਫ ਘੋੜਾ ਵਿਖਾਓ, ਆਪਣੀ ਡਿਊਟੀ ਪੂਰੀ ਕਰੋ ਬਸ, ਅਤੇ ਜਨਾਬ ਮੈਨੂੰ ਫਿਰ ਕਮੈਂਟ ਕਰੋ, ਫਿਰ ਮੈਨੂੰ ਦੱਸੋ। ਅਤੇ ਜਨਾਬ, ਮੈਂ ਨਹੀਂ ਬੋਲਦਾ, ਚੁੱਪ ਕਰ ਜਾਂਦਾ। ਅਤੇ ਲਓ ਜੀ, ਵੀਡੀਓ ਜਿਹੜੀ ਹੈਗੀ ਹੈ ਉਹਦੇ ਵਿੱਚ ਜਨਾਬ, ਅੱਜ ਦੀ ਵੀਡੀਓ ਗੁਜਰਾਤ ਦੇ ਵਿੱਚ ਜਨਾਬ 3 ਘੋੜੀਆਂ ਨੇ ਫੋਰ ਸੇਲ, ਅਤੇ ਮਾਸ਼ਾਅੱਲਾ 3 ਘੋੜੀਆਂ ਜਿਹੜੀਆਂ ਨੇ ਉਹ ਮੈਂ ਦੇਖੀਆਂ ਨੇ ਵਟਸਐਪ ਦੇ ਉੱਤੇ। ਅਤੇ ਇੱਕ ਘੋੜੀ ਮੂਨਾ ਡੀਪੂ ਦੀ ਘੋੜੀ ਹੈ ਜੀ, ਉਹ ਵੱਡੇ ਕੱਦ ਦੀ ਘੋੜੀ ਹੈ। ਦੂਸਰੀ ਇੱਕ ਵਲੈਤੀ ਕ੍ਰਾਸ ਹੈਗੀ ਜੇ, ਦੇਸੀ ਅਤੇ ਵਲੈਤੀ ਮਿਕਸ ਹੈਗੀ ਹੈ। ਇੱਕ ਤੀਸਰੀ ਘੋੜੀ ਜਨਾਬ ਹੈਗੀ ਹੈ ਦੇਸੀ, ਹੈ ਉਹ 5ਵੇਂ ਮਹੀਨੇ ਦੀ ਕ੍ਰਾਸ ਹੈ, ਗੱਬਰ ਹੈ। ਅਤੇ ਜਨਾਬ 3 ਘੋੜੀਆਂ ਨੇ ਭਾਈ ਹੋਰਾਂ ਕੋਲ, ਅਤੇ ਉਹਨਾਂ ਦਾ ਨੰਬਰ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਦੱਸ ਦਿੰਦਾ ਤਾਂ ਕਿ ਤੁਸੀਂ ਡਾਇਰੈਕਟ ਗੱਲ ਕਰ ਲਵੋ, ਅਤੇ ਉਹਨਾਂ ਨਾਲ ਸਾਰੀ ਇਨਫੋਰਮੇਸ਼ਨ ਵੀ ਤੁਹਾਨੂੰ ਉਹ ਦੇ ਦੇਣਗੇ, ਵਟਸਐਪ 'ਤੇ ਤਸਵੀਰਾਂ ਵੀ ਦੇ ਦੇਣਗੇ। ਅਤੇ ਜਨਾਬ, ਉਹਨਾਂ ਦਾ ਨੰਬਰ ਜ਼ਰਾ ਨੋਟ ਕਰ ਲਵੋ, 0333 84 0 84 0 83 11। ਇਹ ਉਹਨਾਂ ਦਾ ਜਨਾਬ ਨੰਬਰ ਜੇ, ਦੁਬਾਰਾ ਫਿਰ ਨੋਟ ਕਰ ਦੇਣਾ, 0333 84 0 83 11। ਇਹ ਜਨਾਬ ਉਹਨਾਂ ਦਾ ਨੰਬਰ ਹੈ। ਅਤੇ ਬਿਸਮਿਲ੍ਲਾ, ਅੱਲਾ ਤਾਲਾ ਤੁਹਾਨੂੰ ਤੁਹਾਡੇ 'ਤੇ ਫਜ਼ਲ ਕਰੇ, ਤੁਹਾਡੇ 'ਤੇ ਰਹਿਮਤਾਂ ਕਰੇ, ਅੱਲਾ ਪਾਕ ਖਤਰਿਆਂ ਤੋਂ ਤੁਹਾਨੂੰ ਬਚਾਵੇ। ਅਤੇ ਜਨਾਬ, ਮੇਰੇ ਵੀਰੋ, ਆਦਤ ਤੋਂ ਮਜਬੂਰ ਹਾਂ, ਮੈਂ ਕੀ ਕਰਾਂ, ਜਿੱਥੇ ਵੀ ਰਹੋ ਸਿਰਫ ਪਿਆਰ ਵੰਡੋ। ਇਹ ਖਜ਼ਾਨਾ ਐਸਾ, ਇਹਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ। ਜਿੰਨੇ ਅਲਫਾਜ਼ ਪਿਆਰ ਦੇ ਕਹੋਗੇ, ਅੱਗੋਂ ਓਨਾ ਹੀ ਪਿਆਰ ਤੁਹਾਨੂੰ ਮਿਲੇਗਾ। ਜੇਕਰ ਤੁਸੀਂ ਚਾਹੁੰਦੇ ਜੇ ਕਿ ਤੁਹਾਨੂੰ ਅੱਗੋਂ ਪਿਆਰ ਮਿਲੇ, ਤਾਂ ਫਿਰ ਪਿਆਰ ਤੁਸੀਂ ਖੁਦ ਵੰਡੋ। ਇਹ ਨਹੀਂ ਕਿ ਤੁਸੀਂ ਕਹਿੰਦੇ ਜੇ ਸਾਨੂੰ ਅੱਗੋਂ ਪਿਆਰ ਮਿਲੇ ਅਸੀਂ ਨਾ ਵੰਡੀਏ। ਅੱਲਾ ਨੇ ਤੁਹਾਨੂੰ ਖਜ਼ਾਨਾ ਸੀਨਿਆਂ ਦੇ ਵਿੱਚ ਦਿੱਤਾ, ਅਤੇ ਮੇਰੇ ਵੀਰੋ ਤੁਸੀਂ ਵੰਡੋ, ਅਤੇ ਕੋਈ ਐਸੀ ਗੱਲ ਨਹੀਂ। ਕਮੈਂਟ ਮੈਨੂੰ ਜ਼ਰੂਰ ਕਰਿਆ ਜੇ। ਅਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜਾ ਵੀਰ ਵੀ ਇਹ ਘੋੜੀਆਂ ਘੋੜੇ ਲਵੇ, ਯਾਰ ਮੈਂ ਅਗਰੀ ਵੀਡੀਓ ਜਿਵੇਂ ਕਿਹਾ ਤੁਸੀਂ ਘੋੜਾ ਲੈ ਲੈਂਦੇ ਜੇ, ਕਮ ਸੇ ਕਮ ਇੱਕ ਕਮੈਂਟ ਕਰਕੇ ਤਾਂ ਬੰਦਾ ਕਹਿ ਹੀ ਸਕਦਾ ਕਿ ਬਾਬਾ ਅਸੀਂ ਘੋੜਾ ਲੈ ਲਿਆ, ਤੁਹਾਡੀ ਬੜੀ ਮਿਹਰਬਾਨੀ। ਤਾਂ ਕਿ ਦੂਸਰੇ ਜਿਹੜੇ ਦੋਸਤ ਦੇਖਣ ਵਾਲੇ ਨੇ ਉਹ ਇਹ ਤਾਂ ਕਹਿਣ ਕਿ ਵਾਕਿਆ ਜੀ ਘੋੜੇ ਵੇਖ ਵੀ ਰਹੇ ਨੇ, ਉਹ ਲੈ ਵੀ ਰਹੇ ਨੇ, ਅਗਲਿਆਂ ਦਾ ਇਤਮਾਦ ਬਹਾਲ ਹੁੰਦਾ। ਅਤੇ ਜਨਾਬ, ਸਿਰਫ ਇੱਕ ਕਮੈਂਟ ਜ਼ਰੂਰ ਕਰ ਦਿਆ ਜੇ ਕਿ ਬਾਬਾ ਜੀ ਅਸੀਂ ਘੋੜੇ ਲੈ ਨੇ, ਘੋੜੀਆਂ ਪਸੰਦ ਆਈਆਂ ਨੇ ਜਾਂ ਨਹੀਂ ਆਈਆਂ, ਤਾਂ ਕਿ ਮੈਨੂੰ ਪਤਾ ਚੱਲਦਾ ਰਹੇ। ਅਤੇ ਜਨਾਬ, ਕੋਈ ਗੱਲ ਬੁਰੀ ਲੱਗੀ ਹੋਵੇ ਜੇ ਮੈਂ ਜ਼ਿਆਦਾ ਬੋਲਿਆ ਵਾਂ, ਤਾਂ ਮਾਫ਼ੀ ਚਾਹਨਾ, ਮਾਫ਼ੀ ਦਰਖਾਸਤਕਾਰ ਹਾਂ ਜਨਾਬ। ਮੈਨੂੰ ਤਾਂ ਡਰ ਲੱਗਦਾ ਕਿ ਮੈਂ ਕੋਈ ਗਲਤ ਨਾ ਕਰ ਪਾਵਾਂ, ਕਿਸੇ ਦੀ ਦਿਲ ਆਜ਼ਾਰੀ ਨਾ ਕਰ ਪਾਵਾਂ, ਕਿਉਂਕਿ ਅੱਲਾ ਸੋਹਣਾ ਜਨਾਬ ਵੇਖਦਾ, ਅੱਲਾ ਨਜ਼ਰ ਰੱਖਦਾ ਹਰ ਬੰਦੇ ਦੇ ਉੱਤੇ। ਅਤੇ ਇਜਾਜ਼ਤ ਚਾਹੁੰਦੇ ਜੀ ਮੇਰੇ ਵੀਰੋ, ਫਿਰ ਇੱਕ ਵਾਰੀ ਜਿਹੜੇ ਦੂਰ ਬੈਠੇ ਨੇ ਮੇਰੇ ਵੀਰ ਪਰਾਏ ਦੇਸ਼ ਦੇ ਵਿੱਚ, ਜਨਾਬ ਉਹਨਾਂ ਦੀ ਮੁਹੱਬਤ ਨੂੰ ਸਲਾਮ ਕਰਨਾ ਜਨਾਬ, ਫੀ ਮਾਨੁੱਲਾ। ਅੱਲਾ ਸਲਾਮਤੀ ਕਰੇ ਜੀ ਸਾਰਿਆਂ ਦੇ ਉੱਤੇ। ਅੱਲਾ ਹਾਫਿਜ਼।